ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਵਿਸ਼ਵ ਭਰ ਵਿੱਚ ਇਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਦਿਨ ਪਰ ਦਿਨ ਵੱਧਦੀ ਹੀ ਜਾ ਰਹੀ ਹੈ। ਹਿੰਦੁਸਤਾਨ ਦੇ ਵਿੱਚ ਹਾਲਾਤ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਹਨ। ਗੱਲ ਪੀੜਤ ਦੇਸ਼ਾਂ ਦੀ ਸੂਚੀ ਦੀ ਕਰੀਏ ਤਾਂ ਹਿੰਦੁਸਤਾਨ 5ਵੇਂ ਸਥਾਨ ਤੇ ਪਹੁੰਚ ਗਿਆ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਲਗਾਤਾਰ ਆਪਣੇ ਕਰੜੇ ਫੈਸਲਿਆਂ ਕਰਕੇ ਜਾਣੇ ਜਾਂਦੇ ਹਨ ਅਤੇ ਕੋਰੋਨਾ ਕਾਲ ਦੇ ਵਿੱਚ ਉਹਨਾਂ ਸੂਬੇ ਅਤੇ ਸੂਬੇ ਦੇ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਕਈ ਸਖ਼ਤ ਫੈਸਲੇ ਲਏ ਅਤੇ ਇਸੇ ਤਰ੍ਹਾਂ ਦਾ ਇੱਕ ਫੈਸਲਾ ਹਾਲ ਹੀ ਵਿੱਚ ਉਹਨਾਂ ਨੇ ਹੋਰ ਸੂਬੇ ਦੇ ਹਿੱਤ ਲਈ ਲਿਆ। ਇਸ ਫੈਸਲੇ ਅਨੁਸਾਰ ਹਰ ਸ਼ਨੀਵਾਰ ਅਤੇ ਐਤਵਾਰ ਪੰਜਾਬ ਦੇ ਵਿੱਚ ਲਾਕਡਾਊਨ ਲਾਗੂ ਹੋਵੇਗਾ। ਸ਼ਨੀਵਾਰ ਅਤੇ ਐਤਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਦੇ ਉੱਤੇ ਪੂਰਨ ਤੌਰ ਤੇ ਰੋਕ ਰਹੇਗੀ। ਜਨਤਕ ਛੁੱਟੀਆਂ ਵਾਲੇ ਦਿਨ ਵੀ ਲਾਕਡਾਊਨ ਲਾਗੂ ਰਹੇਗਾ ਅਤੇ ਆਵਾਜਾਈ ਬਿਲਕੁਲ ਠੱਪ ਰਹੇਗੀ। ਬਹੁਤ ਜ਼ਰੂਰੀ ਹੋਣ ਤੇ ਈ ਪਾਸ ਲੈਣਾ ਜ਼ਰੂਰੀ ਹੋਵੇਗਾ। ਬਿਨਾਂ ਈ ਪਾਸ ਤੋਂ ਤੁਸੀਂ ਲਾਕਡਾਊਨ ਵਾਲੇ ਦਿਨ ਸਫ਼ਰ ਨਹੀਂ ਕਰ ਸਕਦੇ। ਪੰਜਾਬ ਦੇ DGP ਦਿਨਕਰ ਗੁਪਤਾ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਰਾਜਧਾਨੀ ਦਿੱਲੀ ਤੋਂ ਰੋਜ਼ਾਨਾ 500 ਤੋਂ 800 ਵਾਹਨ ਪੰਜਾਬ ਵਿੱਚ ਆ ਰਹੇ ਨੇ ਅਤੇ ਇਸ ਨਾਲ ਚਿੰਤਾ ਹੋਰ ਵੱਧ ਜਾਂਦੀ ਹੈ, ਕਿਉਂਕਿ ਇਸ ਵਕਤ ਦਿੱਲੀ ਦੇ ਵਿੱਚ ਕੋਰੋਨਾ ਦੇ ਮਰੀਜ਼ 35,000 ਤੋਂ ਉੱਪਰ ਹੋ ਗਏ ਨੇ। ਮੇਰੇ ਵੀਰ ਸਹਿਕਰਮੀਓ, ਮੈਂ ਅੱਜ ਤੁਹਾਡੇ ਮੁਖਾਤਿਬ ਹੋਇਆ ਤੁਹਾਨੂੰ ਇਹ ਇੱਕ ਸੁਨੇਹਾ ਦੇਣ ਲਈ, ਇੱਕ ਤੁਹਾਡਾ ਕੰਮ ਦੀ ਸ਼ਲਾਘਾ ਕਰਨ ਲਈ, ਜਿਹੜਾ ਤੁਸੀਂ ਕੰਮ ਕਰੀਬ 3 ਹਫ਼ਤਿਆਂ ਦੇ ਕਰ ਰਹੇ ਹੋ ਕਰੋਨਾ ਵਾਇਰਸ ਦੇ ਦੀ ਅਵੇਅਰਨੈਸ ਕ੍ਰੀਏਟ ਕਰਨ ਲਈ, ਪਲੱਸ ਉਹਦੀ ਰੋਕਥਾਮ ਦੇ ਲਈ। ਮੈਨੂੰ ਪਤਾ ਹੈ ਕਿ ਤੁਸੀਂ ਪਹਿਲਾਂ ਜਿਹੜੇ ਹਸਪਤਾਲਾਂ ਦੇ ਵਿੱਚ ਆਈਸੋਲੇਸ਼ਨ ਵਾਰਡ ਸੀ, ਤੁਸੀਂ ਉੱਥੇ ਕੰਮ ਕੀਤਾ। ਉਹਦੇ ਬਾਅਦ ਤੁਸੀਂ ਜਿਹੜੇ ਕੁਛ ਕੇਸਿਸ ਸੀਗੇ, ਸਸਪੈਕਟਿਡ ਕੇਸਿਸ ਸੀ ਕਰੋਨਾ ਵਾਇਰਸ ਦੇ, ਉਹਨਾਂ ਨੂੰ ਜਾ ਕੇ ਤੁਸੀਂ ਫੜਿਆ, ਜੱਫੇ ਵੀ ਪਾਏ ਅਤੇ ਆਪਣੇ ਆਪ ਨੂੰ ਇਸ ਤਰ੍ਹਾਂ ਐਕਸਪੋਜ਼ ਕੀਤਾ। ਪੰਜਾਬ ਦੇ ਓਨਰੇਬਲ ਚੀਫ ਮਿਨਿਸਟਰ ਸਾਹਿਬ ਨੇ ਵੀ ਤੁਹਾਡੇ ਕੰਮ ਦੀ ਸ਼ਲਾਘਾ ਕੀਤੀ ਸੀ ਕੱਲ੍ਹ ਤੋਂ, ਅਤੇ ਸਪੈਸ਼ਲੀ ਅੱਜ ਤੋਂ ਪੂਰਾ ਆਪਾਂ ਪੰਜਾਬ ਵਿੱਚ 31 ਤਰੀਕ ਤੱਕ ਆਪਾਂ ਇੱਕ ਲੋਕਡਾਊਨ, ਸਰਕਾਰ ਨੇ ਫੈਸਲਾ ਲਿੱਤਾ ਹੈ ਲੋਕਡਾਊਨ ਦਾ, ਅਤੇ ਉਹਦੇ ਲਈ ਆਪਾਂ ਕੰਮ ਕਰ ਰਹੇ ਹੈਗੇ ਹੋ। ਤੁਸੀਂ ਰਾਤ ਦਿਨ ਲੱਗੇ ਹੋਏ ਹੋ ਇਸ ਕੰਮ ਦੇ ਲਈ, ਔਰ ਇਹ ਕੰਮ ਹੁਣ ਅੱਗੇ ਵੀ ਗਾਂਹ ਨੂੰ ਵੀ ਚੱਲਣਾ ਹੈ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਤੁਸੀਂ, ਕਿਉਂਕਿ ਤੁਸੀਂ ਗਰਾਊਂਡ 'ਤੇ ਕੰਮ ਕਰ ਰਹੇ ਹੈਗੇ ਹੋ ਐਜ਼ ਲੀਡਰ ਆਫ ਦਾ ਫੋਰਸ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਪ੍ਰੀਕੋਸ਼ਨਸ, ਕੁਛ ਜ਼ਰੂਰੀ ਪ੍ਰੀਕੋਸ਼ਨਸ ਆ ਜਿਹੜੀਆਂ ਕਿ ਤੁਹਾਨੂੰ ਲੈਣੀਆਂ ਚਾਹੀਦੀਆਂ ਹੈਗੀਆਂ, ਜਿਵੇਂ ਕਿ ਆਪਣੇ ਜਿਹੜੇ ਤੁਹਾਡੇ ਹੱਥ ਹੈਗੇ ਆ, ਇਹ ਪਤਾ ਲੱਗਿਆ, ਡਾਕਟਰਾਂ ਨੇ ਦੱਸਿਆ ਹੈ ਕਿ ਜੇ ਸਾਬਣ ਨਾਲ ਚੰਗੀ ਤਰ੍ਹਾਂ ਆਪਾਂ ਮਲ ਕੇ ਰਗੜ ਕੇ ਹੱਥ ਧੋਈਏ ਤਾਂ ਇਹ ਹਰ ਘੰਟੇ ਦੇ ਬਾਅਦ, ਜਾਂ ਜਿੱਥੇ ਜੇ ਆਪਾਂ ਕਿਸੇ ਦੇ ਨੇੜੇ ਆਪਾਂ ਕਿਸੇ ਨਾਲ ਕੰਮ ਕੀਤਾ, ਕਿਸੇ ਕਨਫਰਮਡ ਕੇਸ ਜਿਹੜਾ ਕੋਰੋਨਾ ਵਾਇਰਸ ਦਾ ਹੋਵੇ ਜਾਂ ਸਸਪੈਕਟਡ ਕੇਸ ਹੋਵੇ, ਤਾਂ ਆਪਣੇ ਹੱਥ ਚੰਗੀ ਤਰ੍ਹਾਂ ਧੋਵੋ। ਸੋ ਕੈਪਟਨ ਅਮਰਿੰਦਰ ਸਿੰਘ ਦਾ ਇਹ ਫੈਸਲਾ ਲੋਕਾਂ ਲਈ ਕਿੰਨਾ ਕੁ ਚੰਗਾ ਸਾਬਤ ਹੁੰਦਾ ਇਹ ਆਉਣ ਵਾਲਾ ਵਕਤ ਦੱਸੇਗਾ, ਪਰ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਬਿਮਾਰੀ ਤੋਂ ਅਹਿਤਿਆਤ ਵਰਤੀਏ ਅਤੇ ਇਸ ਬਿਮਾਰੀ ਤੋਂ ਆਪਣੇ ਪਰਿਵਾਰ ਅਤੇ ਆਪਣੇ ਸੂਬੇ ਦੀ ਰੱਖਿਆ ਕਰੀਏ। ਬਿਊਰੋ ਰਿਪੋਰਟ, ਦਾ ਪੋਲੀਟੀਕਲ ਐਜ।